ਮੈਂ ਨਾ ਸੁਬਹਾ ਉੱਠਿਆ ਸੀ, ਸਾਈਕਲ ਚਲਾਉਣ ਜਾਂਦਾ ਹੁੰਦਾ ਸੁਬਹਾ, ਜਦੋਂ ਮੈਂ ਉੱਠਿਆ ਤਾਂ ਅੰਦਰ ਧੂੰਆਂ ਸੀ, ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ, ਸ਼ੋਰਟ ਸਰਕਟ ਹੋ ਗਿਆ। ਉਹ ਬਸ ਵੇਂਹਦੇ ਵੇਂਹਦੇ ਮੈਂ ਸ਼ਟਰ ਤਾਂ ਚੱਕਿਆ, ਇੱਕਦਮ ਹਵਾ ਪੈ ਗਈ, ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ, ਇੱਕਦਮ ਅੱਗ ਭੜਕ ਪਈ, ਸਾਈਕਲ ਨੂੰ ਲੱਗ ਗਈ, ਸਪੇਅਰ ਪਾਰਟ ਨੂੰ ਲੱਗ ਗਈ। 15-20 ਮਿੰਟਾਂ 'ਚ ਸਾਰਾ ਕੁਛ ਵੇਂਹਦੇ ਵੇਂਹਦੇ ਹੀ ਹੋ ਗਿਆ। ਨੁਕਸਾਨ ਤਕਰੀਬਨ 15-20 ਲੱਖ ਦਾ, ਕਿਉਂਕਿ ਸਾਰਿਆਂ ਨੂੰ ਹੀਟ ਪੈ ਗਈ, ਪਲਾਸਟਿਕ ਦੇ ਸਕੂਟਰ ਹੁੰਦੇ ਆ, ਬੋਡੀ ਪਲਾਸਟਿਕ ਦੀ ਆ, ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ, ਉਹ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੁਆਂਢ ਦੀਪਾ, ਉਹ ਮਿੰਟ ਵਿੱਚ ਹੀ ਲੈ ਕੇ ਆ ਗਿਆ, 10 ਮਿੰਟ 'ਚ ਫਾਇਰ ਬ੍ਰਿਗੇਡ ਆ ਗਈ। ਉਹ 10 ਮਿੰਟਾਂ 'ਚ ਵੇਂਹਦੇ ਵੇਂਹਦੇ ਸਾਰਾ ਕੁਛ ਹੋ ਗਿਆ। ਹਾਂ, ਤਕਰੀਬਨ 30-40 ਜੀ। ਮੈਂ ਨਾ ਸੁਬਹਾ ਉੱਠਿਆ ਸੀ, ਸਾਈਕਲ ਚਲਾਉਣ ਜਾਂਦਾ ਹੁੰਦਾ ਸੁਬਹਾ, ਜਦੋਂ ਮੈਂ ਉੱਠਿਆ ਤਾਂ ਅੰਦਰ ਧੂੰਆਂ ਸੀ, ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ, ਸ਼ੋਰਟ ਸਰਕਟ ਹੋ ਗਿਆ। ਉਹ ਬਸ ਵੇਂਹਦੇ ਵੇਂਹਦੇ ਮੈਂ ਸ਼ਟਰ ਤਾਂ ਚੱਕਿਆ, ਇੱਕਦਮ ਹਵਾ ਪੈ ਗਈ, ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ, ਇੱਕਦਮ ਅੱਗ ਭੜਕ ਪਈ, ਸਾਈਕਲ ਨੂੰ ਲੱਗ ਗਈ, ਸਪੇਅਰ ਪਾਰਟ ਨੂੰ ਲੱਗ ਗਈ। 15-20 ਮਿੰਟਾਂ 'ਚ ਸਾਰਾ ਕੁਛ ਵੇਂਹਦੇ ਵੇਂਹਦੇ ਹੀ ਹੋ ਗਿਆ। ਨੁਕਸਾਨ ਤਕਰੀਬਨ 15-20 ਲੱਖ ਦਾ, ਕਿਉਂਕਿ ਸਾਰਿਆਂ ਨੂੰ ਹੀਟ ਪੈ ਗਈ, ਪਲਾਸਟਿਕ ਦੇ ਸਕੂਟਰ ਹੁੰਦੇ ਆ, ਬੋਡੀ ਪਲਾਸਟਿਕ ਦੀ ਆ, ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ, ਉਹ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੁਆਂਢ ਦੀਪਾ, ਉਹ ਮਿੰਟ ਵਿੱਚ ਹੀ ਲੈ ਕੇ ਆ ਗਿਆ, 10 ਮਿੰਟ 'ਚ ਫਾਇਰ ਬ੍ਰਿਗੇਡ ਆ ਗਈ। ਉਹ 10 ਮਿੰਟਾਂ 'ਚ ਵੇਂਹਦੇ ਵੇਂਹਦੇ ਸਾਰਾ ਕੁਛ ਹੋ ਗਿਆ। ਹਾਂ, ਤਕਰੀਬਨ 30-40 ਜੀ। ਮੈਂ ਨਾ ਸੁਬਹਾ ਉੱਠਿਆ ਸੀ, ਸਾਈਕਲ ਚਲਾਉਣ ਜਾਂਦਾ ਹੁੰਦਾ ਸੁਬਹਾ, ਜਦੋਂ ਮੈਂ ਉੱਠਿਆ ਤਾਂ ਅੰਦਰ ਧੂੰਆਂ ਸੀ, ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ, ਸ਼ੋਰਟ ਸਰਕਟ ਹੋ ਗਿਆ। ਉਹ ਬਸ ਵੇਂਹਦੇ ਵੇਂਹਦੇ ਮੈਂ ਸ਼ਟਰ ਤਾਂ ਚੱਕਿਆ, ਇੱਕਦਮ ਹਵਾ ਪੈ ਗਈ, ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ, ਇੱਕਦਮ ਅੱਗ ਭੜਕ ਪਈ, ਸਾਈਕਲ ਨੂੰ ਲੱਗ ਗਈ, ਸਪੇਅਰ ਪਾਰਟ ਨੂੰ ਲੱਗ ਗਈ। 15-20 ਮਿੰਟਾਂ 'ਚ ਸਾਰਾ ਕੁਛ ਵੇਂਹਦੇ ਵੇਂਹਦੇ ਹੀ ਹੋ ਗਿਆ। ਨੁਕਸਾਨ ਤਕਰੀਬਨ 15-20 ਲੱਖ ਦਾ, ਕਿਉਂਕਿ ਸਾਰਿਆਂ ਨੂੰ ਹੀਟ ਪੈ ਗਈ, ਪਲਾਸਟਿਕ ਦੇ ਸਕੂਟਰ ਹੁੰਦੇ ਆ, ਬੋਡੀ ਪਲਾਸਟਿਕ ਦੀ ਆ, ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ, ਉਹ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੁਆਂਢ ਦੀਪਾ, ਉਹ ਮਿੰਟ ਵਿੱਚ ਹੀ ਲੈ ਕੇ ਆ ਗਿਆ, 10 ਮਿੰਟ 'ਚ ਫਾਇਰ ਬ੍ਰਿਗੇਡ ਆ ਗਈ। ਉਹ 10 ਮਿੰਟਾਂ 'ਚ ਵੇਂਹਦੇ ਵੇਂਹਦੇ ਸਾਰਾ ਕੁਛ ਹੋ ਗਿਆ। ਹਾਂ, ਤਕਰੀਬਨ 30-40 ਜੀ। ਮੈਂ ਨਾ ਸੁਬਹਾ ਉੱਠਿਆ ਸੀ, ਸਾਈਕਲ ਚਲਾਉਣ ਜਾਂਦਾ ਹੁੰਦਾ ਸੁਬਹਾ, ਜਦੋਂ ਮੈਂ ਉੱਠਿਆ ਤਾਂ ਅੰਦਰ ਧੂੰਆਂ ਸੀ, ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ, ਸ਼ੋਰਟ ਸਰਕਟ ਹੋ ਗਿਆ। ਉਹ ਬਸ ਵੇਂਹਦੇ ਵੇਂਹਦੇ ਮੈਂ ਸ਼ਟਰ ਤਾਂ ਚੱਕਿਆ, ਇੱਕਦਮ ਹਵਾ ਪੈ ਗਈ, ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ, ਇੱਕਦਮ ਅੱਗ ਭੜਕ ਪਈ, ਸਾਈਕਲ ਨੂੰ ਲੱਗ ਗਈ, ਸਪੇਅਰ ਪਾਰਟ ਨੂੰ ਲੱਗ ਗਈ। 15-20 ਮਿੰਟਾਂ 'ਚ ਸਾਰਾ ਕੁਛ ਵੇਂਹਦੇ ਵੇਂਹਦੇ ਹੀ ਹੋ ਗਿਆ। ਨੁਕਸਾਨ ਤਕਰੀਬਨ 15-20 ਲੱਖ ਦਾ, ਕਿਉਂਕਿ ਸਾਰਿਆਂ ਨੂੰ ਹੀਟ ਪੈ ਗਈ, ਪਲਾਸਟਿਕ ਦੇ ਸਕੂਟਰ ਹੁੰਦੇ ਆ, ਬੋਡੀ ਪਲਾਸਟਿਕ ਦੀ ਆ, ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ, ਉਹ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੁਆਂਢ ਦੀਪਾ, ਉਹ ਮਿੰਟ ਵਿੱਚ ਹੀ ਲੈ ਕੇ ਆ ਗਿਆ, 10 ਮਿੰਟ 'ਚ ਫਾਇਰ ਬ੍ਰਿਗੇਡ ਆ ਗਈ। ਉਹ 10 ਮਿੰਟਾਂ 'ਚ ਵੇਂਹਦੇ ਵੇਂਹਦੇ ਸਾਰਾ ਕੁਛ ਹੋ ਗਿਆ। ਹਾਂ, ਤਕਰੀਬਨ 30-40 ਜੀ। ਮੈਂ ਨਾ ਸੁਬਹਾ ਉੱਠਿਆ ਸੀ, ਸਾਈਕਲ ਚਲਾਉਣ ਜਾਂਦਾ ਹੁੰਦਾ ਸੁਬਹਾ, ਜਦੋਂ ਮੈਂ ਉੱਠਿਆ ਤਾਂ ਅੰਦਰ ਧੂੰਆਂ ਸੀ, ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ, ਸ਼ੋਰਟ ਸਰਕਟ ਹੋ ਗਿਆ। ਉਹ ਬਸ ਵੇਂਹਦੇ ਵੇਂਹਦੇ ਮੈਂ ਸ਼ਟਰ ਤਾਂ ਚੱਕਿਆ, ਇੱਕਦਮ ਹਵਾ ਪੈ ਗਈ, ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ, ਇੱਕਦਮ ਅੱਗ ਭੜਕ ਪਈ, ਸਾਈਕਲ ਨੂੰ ਲੱਗ ਗਈ, ਸਪੇਅਰ ਪਾਰਟ ਨੂੰ ਲੱਗ ਗਈ। 15-20 ਮਿੰਟਾਂ 'ਚ ਸਾਰਾ ਕੁਛ ਵੇਂਹਦੇ ਵੇਂਹਦੇ ਹੀ ਹੋ ਗਿਆ। ਨੁਕਸਾਨ ਤਕਰੀਬਨ 15-20 ਲੱਖ ਦਾ, ਕਿਉਂਕਿ ਸਾਰਿਆਂ ਨੂੰ ਹੀਟ ਪੈ ਗਈ, ਪਲਾਸਟਿਕ ਦੇ ਸਕੂਟਰ ਹੁੰਦੇ ਆ, ਬੋਡੀ ਪਲਾਸਟਿਕ ਦੀ ਆ, ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ, ਉਹ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੁਆਂਢ ਦੀਪਾ, ਉਹ ਮਿੰਟ ਵਿੱਚ ਹੀ ਲੈ ਕੇ ਆ ਗਿਆ, 10 ਮਿੰਟ 'ਚ ਫਾਇਰ ਬ੍ਰਿਗੇਡ ਆ ਗਈ। ਉਹ 10 ਮਿੰਟਾਂ 'ਚ ਵੇਂਹਦੇ ਵੇਂਹਦੇ ਸਾਰਾ ਕੁਛ ਹੋ ਗਿਆ। ਹਾਂ, ਤਕਰੀਬਨ 30-40 ਜੀ।